ਸਾੜੂ ਇੱਕ ਡੰਗਰ ਨੂੰ ਮੂੰਹ ਸੜੀ ਪੈ ਜਾਂਦੀ ਐ ਨਾ ਏਡਾ ਸਬਰ ਵਾਲਾ ਵੇ ਉਹ ਤੁਹਾਨੂੰ ਸਾਲ ਪਾਰ ਫਿਰ ਚੋਏ ਕੋ ਨਾ ਜੇ ਏਡਾ ਪਹਾੜਾ ਕਾਰੋਬਾਰ ਹੋਵੇ ਤਾਂ ਅਸੀਂ ਕਿਉਂ ਕਰੀਏ ਅਸੀਂ ਵੀ ਛੱਡ ਦਈਏ ਅਸੀਂ ਬਾਹਰੋਂ ਚੀਜ਼ ਲਿਆਉਣੀ ਸਾਨੂੰ ਮਹਿੰਗੀ ਮਿਲਣੀ ਤੇ ਅਸੀਂ ਦੁੱਧ ਦੇਣਾ ਸਾਡਾ ਵੀ ਮਹਿੰਗਾ ਵੇ ਜਾਂਦਾ ਜਦੋਂ ਇਹ ਰਜੀਆਂ ਹੋਣਗੀਆਂ ਜਾਂ ਚੰਗਾ ਸਾਨੂੰ ਦੁੱਸਣਗੀਆਂ ਵੀ ਖੁਸ਼ਹਾਲ ਨੇ ਮਾਲ ਉਦੋਂ ਜਾ ਕੇ ਆਪ ਰੋਟੀ ਖਾਣੀ ਅਸੀਂ ਜਿੰਨੇ ਇਹਨਾਂ ਨੂੰ ਪਾਣਾ ਕੋਈ ਨਹੀਂ ਹੈਗਾ ਉਹਨੇ ਲੈਣਾ ਕੀ ਏ ਤੇ ਜਿਵੇਂ ਕਿਸੇ ਨੂੰ ਪਾਊਡਰ ਵਾਲਾ ਨਸ਼ਾ ਲੱਗਾ ਹੁੰਦਾ ਅਸੀਂ ਜਿੰਨਾਂ ਚਿਰ ਆਪਣਾ ਮਾਲ ਡੰਗਰ ਖਰੀਦੋ ਫਰੋਹ ਤੇ ਨਵੀਂ ਪੁਰਾਣੀ ਲਿਆਈਏ ਨ आज हम आए हैं भैंसों का एक बड़ा बेहतरीन फार्म है माशाल्लाह बड़े बेहतरीन के पास जानवर हैं और ये डेयरी फार्मिंग एक ऐसा काम है जिसमें जवाल नहीं है मसले मसाइल हर काम में होते हैं आजकल के जो मुख्तफ़ चीज़ों के रेट बढ़ रहे हैं इस काम के भी लोग कुछ परेशान हैं बाकी इस काम में जवाल नहीं है दूध का गोश्त का अब क्या लोग इंसान की बुनियादी जरूरत है और इस काम में चलते रहना है माशा इनका बड़ा बेहतरीन सेटअप है इनसे बात करते हैं और पूछते हैं कि इस काम को कैसे रन कर रहे हैं कैसे चला रहे हैं असलम ਵਾਅਲੈਕੁਮ ਸਲਾਮ ਜੀ ਬਾਜੀ ਅਜਾ ਮੈਂ ਤੁਹਾਨੂੰ ਤਾਰਫ ਕਰਾ ਦੇਣਾ ਜੀ ਤਾਰਫ ਦਿਨਰਾ ਮੈਂ ਮੇਰਾ ਨਾਮ ਹੈ ਸ਼ੌਕਤ ਅਲੀ ਜੱਟ ਕੋੜ ਨੱਥੂ ਤੇ ਰਹਿਣ ਵਾਲਾ ਜ਼ਿਲ੍ਹਾ ਸਾਡਾ ਸ਼ੇਹੂਪੁਰ ਹੈ ਅਜਾ ਥੋੜਾ ਆਪਣਾ ਕੰਮ ਦਾ ਤਾਰਫ ਕਰਾਓ ਕੰਮ ਸਾਡਾ ਜ਼ਿੰਮੇਦਾਰਾ ਵੀ ਇਹ ਮਾਲ ਡੰਗਰ ਦਾ ਕਾਰੋਬਾਰ ਹੈ ਹੋਰ ਸਾਡਾ ਕੋਈ ਨਹੀਂ ਜ਼ਿੰਮੇਦਾਰਾ ਅਸੀਂ ਕੰਮ ਨਾਲ ਆਪਣੀ ਜ਼ਮੀਨ ਹੈ ਸਾਡੀ ਮਾਲ ਜਿਹੜਾ ਬੜੇ ਸ਼ੌਕ ਨਾਲ ਰੱਖਿਆ ਹੈ ਤੇ ਚੰਗੀਆਂ ਚੰਗੀਆਂ ਮੱਝ ਤੇ ਚੰਗਾ ਚੰਗਾ ਜਾਨਵਰ ਜਿੱਥੋਂ ਵੀ ਦਸ ਪੈਂਦੀ ਹੈ ਸਾਡਾ ਇਹ ਕਾਰੋਬਾਰ ਹੈ ਜ਼ਿੰਮੇਦਾਰੀ ਵੀ ਕਰਨੇ ਆ ਬੈ ਆਪਣੇ ਪੱਠੇ ਬੀਜੀ ਦੇ ਨੇ ਇਹਨਾਂ ਨੂੰ ਸੇਵਾ ਕਰੀਦੀ ਐ ਇਹਨਾਂ ਦੀ ਸਾਂਭ ਕਰੀਦੀ ਐ ਇਹਨਾਂ ਦੀ ਦੇਖਭਾਲ ਕਰੀਦੀ ਐ ਪਰ ਉਹ ਕਈ ਲੋਕ ਨੇ ਉਹ ਰੱਖ ਕੇ ਵੀ ਨਹੀਂ ਸੇਵਾ ਕਰ ਸਕਦੇ ਅਸੀਂ ਤੇ ਜਿੰਨੇ ਜੋਗੇ ਹੋ ਗਿਆਂ ਆ ਆਪ ਬਾਅਦ ਚ ਰੋਟੀ ਖਾਈ ਦੀ ਪਹਿਲੋਂ ਇਹਨਾਂ ਦੀ ਸੇਵਾ ਕਰਕੇ ਜਦੋਂ ਇਹ ਰਜੀਆਂ ਹੋਣਗੀਆਂ ਜਾਂ ਚੰਗਾ ਸਾਨੂੰ ਦੁੱਸਣਗੀਆਂ ਵੀ ਖੁਸ਼ਹਾਲ ਨੇ ਮਾਲ ਉਦੋਂ ਜਾ ਕੇ ਆਪ ਰੋਟੀ ਖਾਣੀ ਅਸੀਂ ਅੱਜ ਤਾਂ ਜਿਹੜੇ ਅੱਜ ਕੱਲ ਮੁਖਤਲਫ ਚੀਜ਼ਾਂ ਦੇ ਵਣ ਦੇ ਪੱਠਿਆਂ ਦੇ ਰੇਟ ਮਹਿੰਗੇ ਹੋਏ ਨੇ ਜਾਂ ਚੀਜ਼ਾਂ ਦੇ ਰੇਟ ਮਹਿੰਗੇ ਹੋਏ ਨੇ ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਜਾ ਉਹਦੇ ਨਾਲ ਕੀ ਮਸਲੇ ਮਸਲ ਤੁਹਾਨੂੰ ਦਰਪੇਸ਼ ਹੈ ਅੱਜ ਕ ਕੋ ਨਹੀਂ ਜੋ ਦੁਨੀਆ ਦੇ ਨਾਲ 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 ਪ੍ਰੋਬਲਮ ਫਿਰ ਹੁੰਦੀਆਂ ਹੀ ਰਹਿੰਦੀਆਂ ਨੇ ਮਾਲ ਡੰਗਰ ਇਹਨਾਂ ਨੇ ਖਾ ਗਈ ਸੋਨਾ ਇਹਨਾਂ ਨੇ ਜੋ ਕੋਈ ਵੀ ਇਹ ਅਸੀਂ ਵੀ ਆਪਣਾ ਜੋ ਰੋਜੀ ਕਮਾਣੀ ਇਹਨਾਂ ਨੂੰ ਵੀ ਅੱਲਾਹ ਦਿੰਦਾ ਪਿਆ ਜੇ ਕੋਈ ਪੱਠੇ ਚਾਰਾਂ ਨੇ ਮਹਿੰਗੇ ਨੇ ਜਾਂ ਵੰਡ ਚਾਰਾਂ ਨੇ ਮਹਿੰਗਾ ਉਹਨਾਂ ਦੁੱਧ ਵੀ ਆਗਾ ਥੋੜਾ ਜਿਹਾ ਮਹਿੰਗਾ ਹੋ ਗਿਆ ਉਹ ਹਿਸਾਬ ਉਥੇ ਹੀ ਆ ਜਾਂਦਾ ਮਹंगाई ਜੇ ਅਸੀਂ ਬਾਹਰੋਂ ਚੀਜ਼ ਲਿਆਉਣੀ ਸਾਨੂੰ ਮਹਿੰਗੀ ਮਿਲਣੀ ਤੇ ਅਸੀਂ ਦੁੱਧ ਦੇਣਾ ਸਾਡਾ ਵੀ ਮਹਿੰਗਾ ਹੋ ਜਾਂਦਾ ਇੰਨੇ ਨਾਲ ਕੋਈ ਨਹੀਂ ਇਹਦਾ ਫਰਕ ਪੈਂਦਾ ਇਹ ਜਿਹੜਾ ਕਾਰੋਬਾਰ ਮਹਿੰਗਾਈ ਦੇ ਨਾਲ ਹੀ ਛੁੱਟ ਨਹੀਂ ਸਕਦਾ ਹੈਗਾ ਇਹ ਵੱਧ ਸਕਦਾ ਹੈ ਛੁੱਟ ਨਹੀਂ ਸਕਦਾ ਹੈਗਾ ਯਾਨੀ ਕਿ ਮਾਸ਼ਾਅੱਲਾ ਤੁਹਾਡਾ ਕਹਿਣ ਦਾ ਮਕਸਦ ਹੈਗਾ ਕਿ ਜਿਹੜਾ ਬੰਦਾ ਅੱਛੇ ਤਰੀਕੇ ਨਾਲ ਕੰਮ ਨੂੰ ਮੈਨੇਜ ਕਰ ਲੈਂਦਾ ਉਹ ਸਰਵਾਈਵ ਵੀ ਕਰੇਗਾ ਚਾਰ ਪੈਸੇ ਕਮਾਏਗਾ ਵੀ ਸਹੀ ਨਹੀਂ ਕਮਾਏਗਾ ਜਿਹੜਾ ਸਾਹ ਜਿੰਨੇ ਇਹਨਾਂ ਨੂੰ ਪਾਣਾ ਕੋਈ ਨਹੀਂ ਹੈਗਾ ਉਹਨੇ ਲੈਣਾ ਕੀ ਹੈ ਤੇ ਜਿਹੜਾ ਇਹਨਾਂ ਨੂੰ ਸਾਂਭੇਗਾ ਉਹਨੇ ਕੋਈ ਨਾ ਕੋਈ ਸ਼ਾਹ ਅੱਲਾਹ ਦੇਗਾ ਰੋਟੀ ਹਰ ਪਾਣੀ ਇਹ ਕਰੋੜਾਂ ਦੁਨੀਆ ਤੇ ਕਾਰੋਬਾਰ ਨੇ ਲੋਕਾਂ ਦੇ ਹਰ ਬੰਦੇ ਨੇ ਮਾਲ ਡੰਗਰ ਦਾ ਕਾਰੋਬਾਰ ਰੱਖਿਆ ਸਾਡਾ ਇਹ ਦਿਲ ਇਹਨਾਂ ਤੇ ਬੜਾ ਰਾਜੀ ਅਸੀਂ ਸਾਨੂੰ ਇਹ ਹੀ ਸਮਝੋ ਵੀ ਸਾਨੂੰ ਇਹਨਾਂ ਅੱਲਾਹ ਪਾਗ ਨੇ ਨਸ਼ਾ ਹੀ ਲਾ ਛੱਡਿਆ ਜਿਵੇਂ ਕਿਸੇ ਨੂੰ ਪਾਊਡਰ ਵਾਲਾ ਨਸ਼ਾ ਲੱਗਾ ਹੁੰਦਾ ਜਿਨਾਂ ਚਿਰ ਆਪਣਾ ਮਾਲ ਡੰਗਰ ਖਰੀਦੋ ਫਰੋਹ ਤੇ ਨਵੀਂ ਪੁਰਾਣੀ ਲਿਆਈਏ ਨਾ ਸਾਡਾ ਗੁਜ਼ਾਰਾ ਹੀ ਨਹੀਂ ਹੈਗਾ ਤਾਂ ਇਹਦਾ ਕੋਈ ਮੌਸਮੀ ਬਿਮਾਰੀਆਂ ਜਾਂ ਉਹਨਾਂ ਦੀ ਕੋਈ احتیاط ਤੇ ਨਹੀਂ ਵੇਖੋ ਜੀ ਮੌਸਮ ਨਾਲ ਬਿਮਾਰੀਆਂ ਇਹਨਾਂ ਤੇ ਬੜਾ ਕੁਝ ਹੁੰਦਾ ਮਾਲ ਨੂੰ ਅਗਰ ਜੇ ਮਾਲ ਦੇ ਵਿੱਚ ਬਿਮਾਰੀਆਂ ਨਾ ਹੋਣ ਤੇ ਬੰਦਾ ਤੇ ਮੇਰੇ ਹੱਲ ਕਿਤੇ ਦਾ ਕਿਤੇ ਅਪੜ ਜਾਂਦਾ ਮਾਲ ਨੂੰ ਸੋਹ ਬਹਾਰ ਹੋ ਜਾਂਦਾ ਕੋਈ ਐਸੀਆਂ ਬਿਮਾਰੀਆਂ ਮੂੰਖ ਖੁਰ ਆ ਜਾਂਦਾ ਇੱਕੋ ਮਾਤਾ ਜੀ ਨਿਕਲੀ ਕੋਈ ਕੋਈ ਬਿਮਾਰੀ ਆ ਜਾਂਦੀ ਉਹ ਬਿਮਾਰੀ ਦੇ ਨਾਲ ਡੰਗਰ ਵਿੱਚ ਫਲ ਛਾੜ ਦਿੰਦੇ ਨੇ ਡੰਗਰਾਂ ਦੇ ਥਣ ਮਾਰੇ ਜਾਂਦੇ ਨੇ ਡੰਗਰ ਆ ਵੀ ਜਾਨੋਂ ਮੁੱਕ ਜਾਂਦੇ ਨੇ ਸਿਰਫ ਇੰਨੀ ਜਦੋਂ ਪਰੇਸ਼ਾਨੀ ਡੰਗਰ ਸਾਡਾ ਇਹ ਬਿਮਾਰੀ ਆਉਂਦੀ ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਗਵਰਨਮੈਂਟ ਇਹਦੀ ਤਵਜੋ ਨਹੀਂ ਕਰਦੀ ਹੈਗੀ ਆਖੀ ਦਾ ਜਾ ਕੇ ਹਸਪਤਾਲਾਂ ਦੇ ਵਿੱਚ ਵੀ ਯਾਰ ਤੁਸੀਂ ਗਵਰਨਮੈਂਟ ਕੋਲ ਤਨਹਾਵਾ ਲੈਂਦੀਆਂ ਜਾਂ ਡਾਕਟਰ ਤੁਸੀਂ ਬੈਠੇ ਜੇ ਕਿ ਤੁਸੀਂ ਆਓ ਪਿੰਡਾਂ ਦੇ ਵਿੱਚ ਫੇਰਾ ਮਾਰੋ ਉਹ ਜੀ ਗਵਰਨਮੈਂਟ ਸਾਨੂੰ ਦਵਾਈ ਨਹੀਂ ਦੇ ਰਹੀ ਅਸੀਂ ਪਿੰਡਾਂ ਜਾਣ ਕੇ ਤੁਹਾਨੂੰ ਮੂੰਹ ਵਹਾਈਏ ਗੌਰਮੈਂਟ ਦਵਾਈ ਨਹੀਂ ਦੇ ਰਹੀ ਉਹ ਫਿਰ ਅਸੀਂ ਤੇ ਮਾਰ ਰੱਖਿਆ ਅਸੀਂ ਆਪਣੇ ਕੋਲੋਂ ਲੱਖਾਂ ਰੁਪਈਆ ਦੀ ਦਵਾਈ ਲਿਆ ਕੇ ਆਪਣੇ ਮਾਲ ਨੂੰ ਦੇਈ ਦਿਆਂ ਨਾ ਮਾਲ ਬਚਾਈਦਾ ਮਾਰ ਰੱਖੀਦਾ ਤੇ ਵਧੀ ਘੜੀ ਰੱਬ ਦੇ ਹਕ ਤਿਆਰ ਹੁੰਦੀ ਕੋ ਡੰਗਰ ਮਰ ਵੀ ਜਾਂਦੇ ਨੇ ਇਹ ਗੱਲ ਤੇ ਤਾਂ ਇਹਦਾ ਕੋ ਨਵਾਂ ਬੰਦਾ ਡੇਰੀ ਫਾਰਮਿੰਗ ਦਾ ਕੰਮ ਕਰਨਾ ਚਾਹੇ ਤੁਹਾਨੂੰ ਤੁਸੀਂ ਕੀ مشورہ ਦਿਓਗੇ ਸਾਨੂੰ ਆਪ ਨੂੰ ਇਹ ਕੰਮ ਬੜਾ ਚੰਗਾ ਲੱਗਦਾ ਤੇ ਅਸੀਂ ਉਹਨੂੰ ਕਿਵੇਂ ਬੁਰਾ ਆਖਾਂਗੇ ਵੀ ਇਹ ਕੰਮ ਨਾ ਕਰੀ ਅਸੀਂ ਤ ਉਹਨੂੰ ਆਖਾਂ ਯਾਰ ਬਹੁਤ ਚੰਗਾ ਕੰਮ ਹੈ ਤੇ ਕਰ ਅੱਲਾਹ ਬਾਗ ਤੇ ਤੇਰੇ ਕਾਰੋਬਾਰ 'ਚ ਬਰਕਤ ਪਾਏ ਤੇ ਇਹ ਸਹੀ ਕਾਰੋਬਾਰ ਹੈ ਜੇ ਐਡਾ ਪਹਾੜਾ ਕਾਰੋਬਾਰ ਹੋਵੇ ਤੇ ਅਸੀਂ ਕਿਉਂ ਕਰੀਏ ਚੌਕ ਸਾਨੂੰ ਅੱਜ ਦਾ ਨਹੀਂ ਹੈਗਾ ਸਾਡੇ ਪਿਓ ਦਾਦੇ ਤੋਂ ਲੱਗ ਕੇ ਸਾਨੂੰ ਸ਼ੌਕ ਲੱਗਾ ਹੁੰਦਾ ਅਸੀਂ ਇਹ ਕਰਨੇ ਆ ਨਾਲੇ ਸਾਡੀ ਰੋਜੀ ਟੁਰੀ ਨਾਲੇ ਸ਼ੌਕ ਸਾਨੂੰ ਅਸੀਂ ਕਮਾਈ ਕਰਨੇ ਆਂ ਦੇ ਚ ਅਜੇ ਨਵਾਂ ਬੰਦਾ ਅਗਰ 10 ਮੱਜਾਂ ਲਾ ਕੇ ਕੰਮ ਸ਼ੁਰੂ ਕਰਦਾ ਹੈਗਾ ਉਹ ਕਿੰਨੇ ਕੁ ਪਾਸੇ ਕਮਾ ਲੇਗਾ ਦਸ ਮੱਝਾਂ ਵਾਲਾ ਜਿਹੜਾ ਨਾ ਉਹਨੇ ਜਦੋਂ ਕਾਰੋਬਾਰ ਸ਼ੁਰੂ ਕਰਨਾ ਅੱਲਾਹ ਪਾਕ ਉਹਨੂੰ ਰੋਜ਼ੀ ਦੇਣੀ ਹੈ ਕੋਈ ਦੁੱਧ ਦੇਵੇਗਾ ਖਰਚਾ ਕੱਢੇਗਾ ਵਿੱਚੋਂ ਉਹਨੂੰ ਖੈਰ ਮੇਰੇ ਉਹਨੂੰ ਆਉਂਦਾ ਵਿੱਚੋਂ ਨਿਕਲਣਗੇ ਪੈਸੇ ਚੰਗੇ ਭਲੇ ਉਹਨੂੰ ਆਪਣੇ ਲੱਭਣਗੇ ਪੈਸੇ ਤੇ ਬਾਕੀ ਇਹ ਕਾਰੋਬਾਰ ਇਹ ਦਸ ਮੱਝਾਂ ਇੱਕਦਮ ਲੈ ਕੇ ਤੋ ਦਸਾਂ ਨੂੰ ਬਹਿ ਰਹੇਗਾ ਤੇ ਫਿਰ ਉਹਨੂੰ ਕੋ ਨਹੀਂ ਉਹ 6 ਮਹੀਨੇ ਜਾਂ ਸਾਲ ਦੁੱਧ ਜਿੰਨਾ ਚਿਰ ਕਰਨ ਗਿਆ ਉਹਨਾਂ ਚਿਰ ਉਹ ਪੀਂਦਾ ਰਹੇਗਾ ਤੇ ਜਦੋਂ ਭੱਜ ਜਾਣੀਆਂ ਫਿਰ ਉਹ ਕੀ ਕਰੇਗਾ ਇਹ ਦਸਾਂ ਦੇ ਨਾਲ ਇਹ ਕਾਰੋਬਾਰ ਵੱਧਦਾ ਹੀ ਰਹਿੰਦਾ ਫਿਰ ਹੋਰ ਪੰਜ ਪਾਓ ਹੋਰ ਪੰਜ ਪਾਓ ਇਹ ਜਿਵੇਂ ਜਿਵੇਂ ਵਿੱਚ ਪਾਉਂਦੇ ਜਾਂਗੇ ਕਾਰੋਬਾਰ ਦਾ ਅਦਾਜ਼ਾਫਾ ਹੁੰਦਾ ਜਾਂਦਾ ਤੇ ਬੰਦਾ ਕਰਦਾ ਵੀ ਜਾਂਦਾ ਤੇ ਨਾਲੇ ਦਸਾਂ ਮਹੀ ਤਾਂ ਬੰਦਾ ਖਲਾਉਂਦਾ ਵੀ ਨਹੀਂ ਹੈਗਾ ਜਦੋਂ ਕਾਰੋਬਾਰ ਕਰਨ ਦਾ ਪੈਂਦਾ ਨਾ ਫਿਰ ਮੈਂ ਉਹਦਾ ਦਿਲ ਕਰਦਾ ਮੈਂ ਦੋ ਹੋਰ ਪਾ ਲਵਾਂ ਮੈਂ ਯਾਰ ਮੇਰਾ ਦਿਲ ਕਰਦਾ ਮੈਂ ਦੋ ਹੋਰ ਨਾ ਲੈ ਆਵਾਂ ਯਾਰ ਇਹ ਬੰਦੇ ਤੇ ਰੱਖੇ ਨੇ ਕਾਰੋਬਾਰ ਵੀ ਉਹ ਹੋਈ ਹੈ ਯਾਰ ਆਪ ਨੂੰ ਕਰਨਾ ਵੀ ਉਹਨਾਂ ਹੀ ਪੈਂਦਾ ਹੈ ਹਾਂ ਜੀ ਉਹ ਤੇ ਫਿਰ ਕੰਮ ਨੂੰ ਵਧਾਈਏ ਕਿ ਹੁਣ ਇਸ ਵਾਸਤੇ ਕੰਮ ਨਾਲੋਂ ਨਾਲ ਆਟੋਮੈਟਿਕ ਬੰਦਾ ਦਿਲ ਕਰਦਾ ਵੀ ਉਹਨੂੰ ਵਧਾ ਵਧਾ ਦਈਏ ਕੰਮ ਅੱਜ ਤਾਂ ਮਾਸ਼ਾਅੱਲਾ ਤੁਸੀਂ ਮੱਜਾਂ ਦੇ ਆਸ਼ਕ ਹੋ ਤੁਹਾਡੇ ਕੋਲ ਬੜੀ ਚੰਗੀ ਮੱਜਾਂ ਨੇ ਤੁਹਾ ਤੁਸੀਂ ਕੋਈ ਅਸੀਂ ਟੈਕਨੀਕ ਦੱਸੋ ਉਸ ਨੂੰ ਗੁਰ ਦੱਸੋ ਕਿ ਬੰਦਾ ਮੱਝ ਲੈਣ ਜਾਂਦਾ ਹੈਗਾ ਉਹ ਚੰਗੀ ਮੱਝ ਦਾ ਇੰਤਖਾਬ ਕਿਵੇਂ ਕਰੇ ਉਹ ਚੰਗੀ ਮੱਝ ਜੀ ਵੇਖੋ ਅਸੀਂ ਫਿਰਦੇ ਰਹੀ ਨੇ ਚੰਗੀ ਮੈਂ ਜਿਹੜੀ ਹੈ ਨਾ ਉਹ ਦੂਰੋਂ ਹੀ ਦਿਸ ਪੈਂਦੀ ਪਿਆ ਮੈਂ ਚੰਗੀ ਹੈ ਉਹ ਮੈਂ ਦਾ ਜਿਹੜਾ ਚੰਬੜਾ ਉਹ ਬੇਰਕੋਲ ਬਰੀਕ ਹੋਵੇਗਾ ਛੋਟੀ ਜੀ ਬੂਤੀ ਹੋਵੇਗੀ ਉਹਦਾ ਪਿੱਛਾ ਚੌੜਾ ਹੋਵੇਗਾ ਉਹ ਮੱਝ ਜਿਹੜੀ ਹੈ ਨਾ ਉਹ ਆਪੇ ਆਪ ਦਿਸ ਪੈ ਗਈ ਆਟੋਮੈਟਿਕ ਹੀ ਉਹ ਜਿਹੜੀਆਂ ਇਧਰ ਨਾਰੋਵਾਲ ਸਿਆਲਕੋਟ ਦੀਆਂ ਮਹੀਂ ਨੇ ਉਹ ਵੀ ਵੇਖ ਕੇ ਦੂਰੋਂ ਤੁਹਾਨੂੰ ਦਿਸ ਪੈਂਦਾ ਵੀ ਆ ਮਹੀਂ ਉਥੋਂ ਦੀਆਂ ਨੇ ਤੇ ਜਿਹੜੀਆਂ ਮਈ ਚੰਗੇ ਨਸਲ ਦੀਆਂ ਨੇ ਉਹ ਵੀ ਸਾਨੂੰ ਦਿਸ ਪੈਂਦਾ ਇੱਕ ਮੈਂ ਜਿਹੜੀ ਉਹ ਸਾਨੂੰ ਮਿਲਦੀ ਏ ਭਈ ਅਸੀਂ ਵੇਨੇ ਆ ਸਾਨੂੰ ਉਹ 2 ਲੱਖ ਦੀ ਮਿਲਦੀ ਭਈ ਸਾਡਾ ਦੇਲ ਹੀ ਨਹੀਂ ਕਰਦਾ ਲੈਣ ਤੇ ਇੱਕ ਮੈਂ ਦਾ ਅਗਲੇ 7 ਲੱਖ ਮੰਗਦੇ ਨੇ ਤਾਂ ਅਸੀਂ ਉਹ ਪਹੁੰਚੋਗੇ ਨਾ ਉਥੋਂ ਫਿਰ ਫੁਰ ਕੇ ਉਹ ਨਹੀਂ ਉਹ 7 ਲੱਖ ਵਾਲੀ ਤੇ ਉਹ ਨਹੀਂ ਉਹ 7 ਲੱਖ ਵਾਲੀ ਤੇ ਉਹ ਕਲੇਜਾ ਸਾਡਾ ਖਿੱਚਦੀ ਉਹ ਚੰਗੀ ਉਹ ਜਿੰਸ ਦੀ ਮੈਂ ਉਹ ਦੁੱਧ ਕਰਦੀਆਂ ਜਿੰਸ ਦੀਆਂ ਮਈ ਦੁੱਧ ਕਰਦੀਆਂ ਨੇ ਉਹਨਾਂ ਦਾ ਜਾ ਮਰ ਜਾ ਉਹ ਖਰਾਬ ਨਹੀਂ ਕਰਦੀਆਂ ਉੜਕਦੀਆਂ ਨਹੀਂ ਟੀਕਾ ਨਹੀਂ ਲਵਾਉਂਦੀਆਂ ਬਾੜੇ ਤੇ ਮਿਲ ਪੈਂਦੀਆਂ ਨੇ ਉਹ ਜਿਹੜੀ ਹੋਉਣਗੀਆਂ ਉਹ ਜੀਆਂ ਮਈ ਪਹਿੜੀਆਂ ਥਾਈਂ ਦੀਆਂ ਉਹਨੇ ਤੇ ਜਦੋਂ ਦਾ ਜਾ ਮਾਰ ਜਾਣਾ ਉਹਨੇ ਬੰਦਾ ਹੀ ਨਹੀਂ ਲੱਗੇ ਆਉਣ ਦੇਣਾ ਹੈਗਾ ਤਾਂ ਇਹ ਤਾਂ ਇੱਕ ਬੰਦਾ ਨਵਾਂ ਕੰਮ ਕਰਦਾ ਹੈ ਗਰ ਉਹ ਕਿਹੜੇ ਸੂਵੇ ਦਾ ਡੰਗਰ ਲਵੇ ਡੰਗਰ ਜਦੋਂ ਨਵਾਂ ਕੰਮ ਜੇ ਤਾਂ ਕਿਸੇ ਨੇ ਇਹ ਹੀ ਕਰਨਾ ਹੈ ਵੀ ਨੀਰਾ ਦੁੱਧ ਹੀ ਉਹਨੇ ਚੋਣਾ ਤੇ ਸਾਲ ਚੋ ਕੇ ਤੇ ਵੇਚ ਲਈ ਤੇ ਸਾਲ ਚੋ ਕੇ ਵੇਚ ਲਈ ਉਹ ਤਾਂ ਫਿਰ ਬੰਦਾ ਪ੍ਰਾਣੀਆਂ ਮਈ ਤੇ ਦੁੱਧ ਵਾਲੀਆਂ ਵੱਡੀਆਂ ਵੜੀਆਂ ਖਪੜ ਜਾ ਰਕੇ ਉਹ ਲੱਖ ਡੇਢ ਦੀ ਲੈ ਆਵੇ ਨਾਲੇ ਸੂਆ ਝੋਲਾ ਤੇ ਆਹ ਸਾਹਮ ਕੇ ਕੋ ਲੱਖ ਦੀ ਵੇਚ ਲਵੇ ਤੇ ਜਿੰਨਾ ਆਖਣਾ ਵੀ ਮੈਂ ਇਹ ਘਰਦੀਆਂ ਬਣਾ ਕੇ ਤੇ ਸਾਂਭਾਂ ਤੇ ਨਸਲੀ ਮਹੀਨ ਨਸਲੀ ਮੈਂ 6-7 ਲੱਖ ਦੀ ਆਉਂਦੀ ਉਹ ਸੂਆ ਚ ਹੋਇਆ ਉਹ ਲੱਖ ਡੇਢ ਦੀ ਦੇਣ ਲੱਗਿਆ ਬੰਦੇ ਨੂੰ ਤਕਲੀਫ ਹੁੰਦੀ ਉਹ ਨਹੀਂ ਦਿੱਤੀ ਜਾਂਦੀ ਹੈ ਜੀ ਉਹ ਫਿਰ ਹੈ ਵੇ ਜਿਹੜੀ ਨਸਲੀ ਮੈਂ ਖਰੀਦੀ 5-6 ਲੱਖ ਦੀ ਉਹਦਾ ਦੇਲੇ ਹੀ ਕਰਦੇ ਵੀ ਇਹ ساری ਉਮਰ ਮੇਰੇ ਨਾਲ ਹੀ ਕਾਰੋਬਾਰ ਕਰੇ ਜਿਹਦੇ ਨਾਲ ਹੀ ਚੱਲੇਗੀ ਤੇ ਜੇ ਵੇਖਣਾ ਵੀ ਸਿਰਫ ਮੈਂ ਦੁੱਧ ਦੀ ਰੁਟੀਨ ਰੱਖਣੀ ਹੈ ਡੰਗਰ ਨਹੀਂ ਮੈਂ ਵੇਖਣਾ ਚੰਗਾ ਮੰਦਾ ਤਾਂ ਉਹ ਤਾਂ ਫਿਰ ਚੌਥੇ ਪੰਜਵੇਂ ਛੇਵੇਂ ਸੂਏ ਪੁਰਾਣੀਆਂ ਮਹੀਂ ਜੜੀਆਂ ਨੇ ਉਹ ਬੰਦਾ ਲੈ ਆਵੇ ਕੋਨਾਂ ਨਾਲ ਕਾਰੋਬਾਰ ਕਰ ਲਵੇ ਉਹ ਜਦੋਂ ਭੱਜੇ ਦੀ ਲੱਖ ਡੂਰ ਦੀ ਵੇ ਲੱਖ ਦੀ ਵੇ ਉੰਜ ਮੋਟੀ ਮੈਂ گوشਤ ਵਾਲੀ ਅੱਜ ਲੱਖ ਸਵਾ ਲੱਖ ਦੀ ਉੰਜ ਵੇਕ ਜਾਂਦੀ ਜੇ ਸਭਕਰ ਕੋਈ ਲੰਗਰੋਂ ਸਾੜੂ ਪੈ ਜਾਉ ਉਹਦਾ ਤੁਸੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ ਸਾੜੂ ਜਦੋਂ ਪੈ ਜਾਂਦਾ ਅਸੀਂ ਤੇ ਇਹੀ ਇਲਾਜ ਕਰਦੇ ਹਾਂ ਉਹਨੂੰ ਕੋਈ ਘਿਓ ਥਿੰਦਾ ਦਈਦਾ ਉਹਨੂੰ ਕੋਈ ਵਿੱਚੋ ਜਿਹੜੀ ਅੱਜਕੱਲ ਮਿਰਚਾਂ ਕਾਲੀਆਂ ਨਿਕਲੀਆਂ ਨੇ ਤੇ ਮਿਰਚਾਂ ਤੇ ਘਿਓ ਇਹ ਦਈਦਾ ਤੇ ਕਈਆਂ ਡੰਗਰਾਂ ਨੂੰ ਅੱਲਾ ਕੀਤਾ ਆਰਾਮ ਆ ਜਾਂਦਾ ਤੇ ਕਈਆਂ ਦਾ ਸਾੜੂ ਜਿਹੜਾ ਉਹ ਜੋ ਐਸਾ ਲਮਕਦਾ ਐਸਾ ਲਮਕਦਾ ਕੁੜੀ ਆ ਉਹ ਕਿਸੇ ਦਾ ਛੇਤੀ ਛੁੱਟਦਾ ਹੀ ਨਹੀਂ ਹੈਗਾ ਤੇ ਕਈਆਂ ਦਾ ਅੱਲਾ ਜਿਹੜਾ ਨਾ ਉਹ ਰੱਬ ਰੱਖ ਜਾਂਦਾ ਉਹਨਾਂ ਸਾੜੂ ਇੱਕ ਡੰਗਰ ਨੂੰ ਮੂੰਹ ਸੜੀ ਪੈ ਜਾਂਦੀ ਹੈ ਨਾ ਉਹਨੇ ਥਣ ਜਿਹੜਾ ਨਾ ਲਾਜ਼ਮੀ ਉਹ ਚੋਣਾ ਹੁੰਦਾ ਉਹ ਦੁੱਧ ਘਟਾ ਜਾਂਦਾ ਉਹ ਥਣ ਦੇ ਵਿੱਚੋਂ ਉਹ ਜਾਂ ਬੰਦਾ ਜਿਹੜਾ ਨਾ ਉਹ ਏਡਾ ਸਬਰ ਵਾਲਾ ਵੀ ਉਹ ਥਣ ਨੂੰ ਸਾਲ ਪਾਰ ਫਿਰ ਚੋਏ ਕੋਨਾ ਜਾਂ ਜਿੰਨਾ ਚਿਰ ਉਹਦਾ ਮੂੰਹ ਸਹੀ ਨਾ ਹੋਵੇ ਉਹਨਾਂ ਚੋਂ ਚੋਏ ਕੋ ਉਹਨਾਂ ਤੇ ਫੇਰ ਉਹ ਥਣ ਭਾਈਦਾ ਤੇ ਜੇ ਉਹਨੂੰ ਨੱਬ ਨੱਬ ਕੇ ਚੋਂਦੇ ਰਹੀਏ ਚੋਂਦੇ ਰਹੀਏ ਚੋਂਦੇ ਰਹੀਏ ਉਹ ਥਣ ਸੋਜ ਜਾਂਦਾ ਅਖੀਰ ਥਣ ਖਰਾਬ ਹੋ ਜਾਂਦਾ ਉਹ ਸੋਈ ਪਈ ਹੁੰਦੀ ਇੱਕ ਥਣ ਵੇਖੋ ਜੀ ਪੋਲਾ ਜਾਂ ਨਪਿਆਂ ਉਹਦਾ ਦੁੱਧ ਵਗ ਪੈਂਦਾ ਤੇ ਇੱਕ ਨੂੰ ਉਤੋਂ ਕੋਟ ਕੋਟ ਕੇ ਕੋਟ ਕੋਟ ਕੇ ਉਹਦਾ ਸਾਹ ਪੀਤੀ ਰਹੀ ਤਾਣ ਦਾ ਉਹ ਖਰਾਬ ਹੋ ਜਾਂਦਾ ਤਾਣ ਉਹ ਤੇ ਇਸ ਵਾਸਤੇ ਅਸੀਂ ਤੇਨੂੰ ਘਿਓ ਹੀ ਦੇਨੇ ਆ ਦੇਸੀ ਘਿਓ ਲੈ ਲਿਆ ਕਾਲੀਆਂ ਮਿਰਚਾਂ ਦਿੱਤੀਆਂ ਕੋ ਦੋ ਚਾਰ ਦਿਨ ਦਿੱਤੀਆਂ ਹੌਲੀ 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 15 20 ਦਿਨਾਂ ਬਾਅਦ ਬਾਕੀ ਇਹ ਜਿਹੜਾ ਮੂੰਹ ਸੜੀ ਹੁੰਦੀ ਹੈ ਜਾਂ ਸਾੜੂ ਹੁੰਦਾ ਬੜਾ ਭੈੜਾ ਹੁੰਦਾ ਹੈ ਤੇ ਡੰਗਰ ਦਾ ਨਾ ਕਈਆਂ ਡੰਗਰਾਂ ਥਾਣੇ ਲੈ ਹੀ ਜਾਂਦਾ ਹੈ ਤੇ ਅਜਿਹਾ ਬਗਰ ਕੋਈ ਲੰਗਰ ਬਾਰ-ਬਾਰ ਰਿਪੀਟ ਹੋਵੇ ਬਾਰ-ਬਾਰ ਫਿਰ ਜਾਵੇ ਉਹਦਾ ਕੀ ਇਲਾਜ ਕਰਦੇ ਹੋ ਉਹਦਾ ਇਲਾਜ ਉਹਦਾ ਇਲਾਜ ਵੀ ਇਹੋ ਹੀ ਕਰੀਦਾ ਹੈ ਕਿ ਉਹਨੂੰ ਨਾ ਕੁੱਤੇ ਥੰਦਾ ਦਈਦਾ ਜਾਂ ਉਹਨੂੰ ਚਾਰ ਦਿਨ ਵੇਖਿਆ ਵੀ ਆ ਡੰਗਰ ਉਹ ਬਿਮਾਰ ਹੋਇਆ ਅੱਜਕੱਲ ਦੇ ਡਾਕਟਰ ਨਿਕਲੇ ਨੇ ਉਹਨਾਂ ਨੂੰ ਸੱਦੀਦਾ ਉਹ ਦਵਾਈ ਰੱਖ ਕੇ ਜਾਂਦੇ ਨੇ ਇਹ ਦਵਾਈ ਨਾਲ ਵੀ ਨਾ ਆਰਾਮ ਆਵੇ ਤੇ ਫਿਰ ਉਹਦਾ ਆਪ ਹੀ ਕੋਈ ਕਦੀ ਕੋਈ ਮਹਦੀ ਦਈਦੀ ਉਹਨੂੰ ਖੋਲ ਕੇ ਕਦੀ ਕੋਈ ਨੀਲ ਦਈਦਾ ਉਹਨੂੰ ਕਿ ਉਹ ਉਹਨੂੰ ਖੋਲ ਕੇ ਉਹਦੇ ਅੰਦਰ ਠੰਡ ਪਵੇ ਹਰੇ ਗਰਮੀ ਦੀ وجہ ਤੋਂ ਅੰਦਰ ਉਹਦੇ ਸੇਕ ਇਹ ਅੰਦਰ ਹੀਟ ਹੈ ਤੇ ਤਾਂ ਕਰਕੇ ਨਹੀਂ ਖਲੋਂਦੀ ਉਹਦਾ ਵੀ ਇਸ ਤਰ੍ਹਾਂ ਦੇ ਲਾਜ ਮਾਰਜੇ ਕਰੀ ਦੇਣ ਤੇ ਅੱਲਾ ਉਹਨਾਂ ਨੂੰ ਹਦੈ ਦੇ ਦਿੰਦਾ ਖਲੋਈ ਜਾਂਦੀਆਂ ਹਨ ਫਿਰ ਤੇ ਤੇਲ ਤੂਲ ਦਿੱਤਿਆਂ ਫਿਰ ਤਾਂ ਇੱਕ ਗੱਲ ਹੈਗੀ ਕਿ ਜੇ ਕੰਦੇ ਨੂੰ ਤੁਹਾਨੂੰ ਡੰਗਰ ਜਿਹੜਾ ਸੂਪ ਆ ਅਗਲਾ ਸਵੇਰ ਤੁਹਾਨੂੰ ਜਲਦੀ ਲੈ ਲੋਗੇ ਤੁਸੀਂ ਤਰਕੀ ਜਾਉਗੇ ਨਹੀਂ ਕਿ ਨਾ ਦੋ ਦੋ ਲੰਗਰ ਨਵੇਂ ਦੁੱਤ ਜਲਦੀ ਹੋ ਜਾਵੇ ਨਹੀਂ ਕੇ ਉਹਦਾ ਤੁਸੀਂ ਕੀ ਕਰਦੇ ਹੋ ਨਹੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਇਹਨੂੰ ਉਹ ਵੇਖੋ ਜੀ ਹੁਣ ਸਾਡੇ ਕੋਲ ਮਹੀਨੇ ਨਾ ਤੇ ਇਹ ਮੌਸਮ ਦੇ ਲਿਹਾਜ ਨਾਲ ਸੁੰਦੀਆਂ ਨੇ ਸਾਵਣ ਪਾਦਰੋਂ ਦੇ ਵਿੱਚ ਸੁੰਨੀਆਂ ਸ਼ੁਰੂ ਹੋ ਜਾਂਦੀਆਂ ਨੇ ਅਸੂ ਕਤੇ ਤੋੜੀ ਸੁੰਦੀਆਂ ਹੀ ਰਹਿੰਦੀਆਂ ਸਪੈਸ਼ਲਸਾਂ ਵਿੱਚ ਝੋਟਾ ਤਾਂ ਰੱਖਿਆ ਉਹ ਕਈ ਕਰਮਾਲੀਆਂ ਐਸੀਆਂ ਮਹੀਨੇ ਮੇਰਾ ਖਿਆਲ ਆਂਦਾ ਵੀ ਮਹੀਨਾ ਵੀ ਨਹੀਂ ਹੁੰਦਾ ਤੇ ਨਵੇਂ ਦੁੱਤ ਹੋ ਜਾਂਦੀਆਂ ਨੇ ਕਈ ਡੇਢ ਮਹੀਨਾ ਹੋ ਜਾਂਦਾ ਬਾਕੀ ਝੋਟਾ ਅਸੀਂ ਵਿੱਚ ਰੱਖਿਆ ਸਾਲ ਪਿੱਛੋਂ ਸਾਡੀਆਂ ਮਹੀਂ ਲਾਜ਼ਮੀ ਸੂ ਪੈਂਦੀਆਂ ਉਹਦੇ ਜੇਵੇਂ ਮਹੀਂ ਦੀ ਜੜ ਖਰਾਕ ਥੋੜੀ ਵਧਾਣੀ ਪੈਂਦੀ ਇੱਕ ਮੈਂ ਸੁਆ ਥੋੜਾ ਜਿਹਾ ਭਨ ਜਾਏ ਨਾ ਤੂੰ ਅਗਲੇ ਸੁਏ ਦੋ ਜ਼ਿਆਦਾ ਕਰਦੀ ਅਸੀਂ ਫਿਰ ਉਹਨਾਂ ਵੰਡ-ਵੰਡ ਚੰਗਾ ਪਾਨੇ ਆ ਤੇ ਵਿੱਚ ਵੰਡ ਦੇ ਵਿੱਚ ਹਰ ਰੋਜ਼ ਕਿਲੋ 2 ਕਿਲੋ ਮਹੀਂ ਨੂੰ ਨਾ ਤੇਲ ਵਿੱਚ ਵੰਡੇ ਸੱਟੀ ਰੱਖੀਦਾ ਉਹ ਤੇਲ ਦੇ ਨਾਲ ਫਿਰ ਮਹੀਂ ਜਿਹੜੀਆਂ ਅੰਦਰੋਂ ਥਿੰਦੀਆਂ ਰਹਿੰਦੀਆਂ ਤੇ ਸਾਲ ਪਿੱਛੋਂ ਸਾਡੀਆਂ ਮਹੀਂ ਲਾਜ਼ਮਨਸੂਪ ਹੈ ਨਾ ਇਹ ਤਾਂ ਅਗਰ ਤੁਸੀਂ ਹਰ ਸਾਲ ਡੰਗਰ ਕੋਲ ਬੱਚਾ ਲੈਣਾਗਾ ਇੱਕ ਤਾਂ ਤੁਸੀਂ ਖੁਰਾਕ ਚੰਗੀ ਕਰੋ ਇੱਕ ਵਿੱਚ ਨਰ ਰੱਖੋ ਨਹੀਂ ਕਿ ਨਾ ਸੰਡਾ ਲਾਜ਼ਮੀ ਹੋਵੇ ਵਿੱਚ ਨਹੀਂ ਕਿ ਸੰਡਾ ਵੀ ਲਾਜ਼ਮੀ ਰੱਖਿਆ ਹੈ ਜਾ ਵੀ ਮਾਸ਼ਾਅੱਲਾ ਅਸੀਂ ਸੰਡਾ ਬੜਾ ਬਿਹਤਰੀਨ ਨਸਲੀ ਸੰਡਾ ਰੱਖਿਆ ਹੈ ਤੇ ਸੰਡਾ ਵੀ ਸਾਡੇ ਕੋਲ 5-7 ਸਾਲ ਹੋ ਚਲੇ ਨੇ ਔਰ ਬੰਦੇ ਮੰਗਦੇ ਵੀ ਨੇ ਤੇ ਅਸੀਂ ਨਹੀਂ ਦਿੰਦੇ ਹੈਗੇ ਉਹਨੀਆਂ ਝੋਟੀਆਂ ਸਾਡੇ ਕੋਲ ਹੁਣ ਮਾਸ਼ਾਅੱਲਾ 1-2 ਸੁਈਆਂ ਵੀ ਨੇ ਤੇ ਬਹੁਤ ਚੰਗੀਆਂ ਨਿਕਲੀਆਂ ਤੇ ਬੜੀਆਂ ਚੰਗੀਆਂ ਨਸਲੀ ਨਿਕਲੀਆਂ ਔਰ ਝੋਟਾ ਸਾਡੇ ਕੋਈ ਕਈ ਬੰਦੇ ਮੰਗਦੇ ਨੇ ਵੀ ਸਾਨੂੰ ਦੇ ਦਿਓ ਅਸੀਂ ਦਿੱਤਾ ਨਹੀਂ ਹੈਗਾ ਅਸੀਂ ਆਪਣੇ ਸ਼ੌਕ ਨਾਲ ਰੱਖਿਆ ਆ ਆਮ ਬੰਦੇ ਮਹੀਂ ਕਰਾ ਕੇ ਲੈ ਜਾਂਦੇ ਨੇ ਪਰ ਉਹ ਇੱਕ ਇੱਕ ਦੋ ਦੋ ਮਹੀਂ ਵਾਲੇ ਨੇ ਨਾ ਦੁੱਧ ਛੱਡਿਆ ਉਹ ਜਾਜ ਮਾਰ ਦਿੰਦੇ ਨੇ ਅਸੀਂ ਤਾਂ ਮਾਸ਼ਾਅੱਲਾ ਜਾਜ ਜਿਹੜੇ ਨੇ ਸਾਡੇ ਬੱਕਰੀਆਂ ਤਰ੍ਹਾਂ ਜਾਣ ਅਸੀਂ ਬਹੁਤ ਜਾਮਾਂ ਦੀ ਸੇਵਾ ਕਰਨੇ ਤੇ ਬੜਾ ਸਾਹਮਣੇ ਅਸੀਂ ਤਾਂ ਤੁਹਾਨੂੰ ਅੱਗੇ ਦੱਸਿਆ ਵੀ ਇਹ ਕਾਰੋਬਾਰ ਵੀ ਹੈ ਸਾਡਾ ਸਾਨੂੰ ਸ਼ੌਕ ਇਹਨਾਂ ਦਾ ਬੜਾ ਹੈ ਅਸੀਂ ਸ਼ੌਕ ਦੀ ਵਜ੍ਹਾ ਤੋਂ ਇਹ ਕਾਰੋਬਾਰ ਕਰਨੇ ਸਾਨੂੰ ਇਹਨਾਂ ਮਾਲ ਦਾ ਸਾਹਮਣੇ ਦਾ ਰੱਖਣ ਦਾ ਵੇਖਣ ਦਾ ਅਸੀਂ ਮੈਂ ਅਸੀਂ ਤਾਂ ਕਿਤੇ ਵਾਂਡੇ ਟੁਰ ਜੀ ਦਿਹਾੜੀ ਕਿਤੇ ਫੌਦਗੀ ਦੇ ਕਿਤੇ ਵਿਆਹ ਦੇ ਟੁਰ ਜੀ ਘਰ ਪਿੱਛੋਂ ਜਾਈਦਾ ਸਭ ਤੋਂ ਪਹਿਲੋਂ ਆਣ ਕੇ ਵੇਲੀ ਚੱਕਰ ਲਾਈਦਾ ਵੀ ਮਾਲ ਵੇਖੀਏ ਕੀ ਹਾਲ ਹੈ ਸਾਡੇ ਮਾਲ ਦਾ ਮਗਰੋਂ ਬੱਚਿਆਂ ਨੇ ਰਜਾਈਆਂ ਨੇ ਭੁੱਖੀਆਂ ਨੇ ਰਜੀਆਂ ਨੇ ਪਹਿਲੋਂ ਆਣ ਕੇ ਵੇਲੀ ਦੇ ਵਿੱਚ ਤਾਰਫ ਕਰਨਾ ਮਾਲ ਦਾ ਇੱਕ ਇੱਕ ਡੰਗਰ ਤੇ ਝਾਤੀ ਮਾਰਨੀ ਤੇ ਫਿਰ ਘਰ ਜਾਣਾ ਵੀ ਅਸੀਂ ਆਏ ਆ ਬਾਹਰੋਂ ਡੇਰੀ ਫਾਰਮਿੰਗ ਇੱਕ ਐਸਾ ਕੰਮ ਹੈ ਕਿ ਜੋ ਪੰਜਾਬੀ ਲੋਕਾਂ ਦੇ ਖੂਨ ਵਿੱਚ ਸ਼ਾਮਿਲ ਹੈ ਇਹ ਜੋ ਜਾਟਲ ਜ਼ਿੰਮੇਦਾਰ ਲੋਕ ਹੈ ये बड़ी मोहब्बत से करते हैं बड़े प्यार से करते हैं हर काम की तरह भी इस काम में भी मसले मसाल बेशक हैं लेकिन अभी भी इस काम को जो अच्छे तरीके से कर रहे हैं इस काम से वो पैसा भी कमा रहे हैं इज़्ज़त भी कमा रहे हैं और बेसिकली ये काम लोगों के खून में शामिल है हमारी हुकूमत को चाहिए कि इस काम में लोगों को खुशहाल करने के लिए ऐसी पॉलिसीज बनाए जो किसान दोस्त पॉलिसीज हों और किसान के लिए बेहतर हों मुफीद हों बाकी आपका वीडियो देखने का बहुत शुक्रिया अल्लाह हाफिज़